हेलो स्टूडेंट्स दिस इज वरुण गोयल फ्रॉम माय YouTube चैनल <coughs> we do maths टुडे वी विल कंटिन्यू आवर न्यू टॉपिक दैट इज बेज थ्योरम बेज थ्योरम ਕਰਨ ਤੋਂ ਪਹਿਲਾਂ ਦੇਖੋ ਆਪਾਂ ਨੂੰ ਕਨਫਿਊਜ਼ਨ ਪ੍ਰੋਬੈਬਿਲਟੀ ਚ ਇਸ ਵਾਰ ਕੀ ਹੈ ਪਹਿਲਾਂ ਥੋੜੀ ਜੀ ਡਿਸਕਸ਼ਨ ਕਰਦੇ ਹਾਂ ਕਨਫਿਊਜ਼ਨ ਬਾਰੇ ਉਹ ਕਨਫਿਊਜ਼ਨ ਪ੍ਰੋਬੈਬਿਲਟੀ ਦੇ ਵਿੱਚ ਆਪਾਂ ਨੂੰ ਇਸ ਸੀਜ਼ ਨੂੰ ਲੈ ਕੇ ਆ ਵੀ ਜੋ ਬੇਸ ਥਿਊਰਮ ਦੇ ਕੁਐਸਚਨਸ ਆ ਜਾਂ ਕੰਡੀਸ਼ਨਲ ਪ੍ਰੋਬੈਬਿਲਟੀ ਦੇ ਕੁਐਸਚਨਸ ਸੀ ਜਾਂ ਫਿਰ ਮਲਟੀਪਲੀਕੇਸ਼ਨ ਥਿਊਰਮ ਆਪਾਂ ਜੋ ਵੀ ਚੀਜ਼ਾਂ ਪੜ੍ਹੀਆਂ ਨੇ ਵੀ ਪਤਾ ਕਿ ਮੇ ਚਲਦਾ ਵਾ ਵੀ ਕਿਹੜਾ ਕੁਐਸਚਨ ਆ ਗਿਆ ਤੇ ਉਹਦੇ ਉੱਪਰ ਕਿਹੜਾ ਆਪਾਂ ਫਾਰਮੂਲਾ ਅਪਲਾਈ ਕਰ ਰਹੇ ਹਾਂ ਉਹਨਾਂ ਚੀਜ਼ਾਂ ਨੂੰ ਦੇਖਣਾ ਪੈਣਾ ਆਪਾਂ ਨੂੰ ਸਭ ਤੋਂ ਪਹਿਲਾਂ ਫਰਸਟ ਥਿੰਗ ਇਜ਼ ਥੈਟ ਵੀ ਵੀ ਵਿਲ ਹੈਵ ਵੀ ਹੈਵ ਟੂ ਸੀ ðiਸ ਕੁਐਸਚਨਸ ਬਟ ਵੀ ਹੈਵ ਟੂ ਡੂ অর ਵਾਈਟ ਵੀ ਡੋਨਟ ਹੈਵ ਟੂ ਡੂ ਪਹਿਲੀ ਚੀਜ਼ ਤਾਂ ਆਪਣੇ ਕੋਲ ਇਹੀ ਆ ਨਾਓ ਡੀਅਰ ਸਟੂਡੈਂਟਸ ਹੁਣ ਆਪਾਂ ਦੇਖਦੇ ਹਾਂ ਦੇਖੋ ਪਹਿਲਾਂ ਜੋ ਤੁਹਾਨੂੰ ਮੈਂ ਕੁਐਸਚਨਸ ਕਰਵਾਏ ਸੀ ਕੰਡੀਸ਼ਨਲ ਪ੍ਰੋਬੈਬਿਲਟੀ ਦੇ ਕੰਡੀਸ਼ਨਲ ਪ੍ਰੋਬੈਬਿਲਟੀ ਦੇ ਵਿੱਚ ਕੀ ਸੀ ਯਾਦ ਰੱਖਣ ਦਾ ਤਰੀਕਾ ਇੱਕ ਇਵੈਂਟ ਆਪਾਂ ਨੂੰ 기ਵਨ ਹੁੰਦਾ ਸੀ ਤੇ ਦੂਸਰੀ ਇਵੈਂਟ ਦੀ ਆਪਾਂ ਪ੍ਰੋਬੈਬਿਲਿਟੀ ਫਾਈਂਡ ਕਰਨੀ ਹੁੰਦੀ ਸੀ ਆਈ ਹੋਪ ਸੋ ਥਿਸ ਇਜ਼ ਕਲੀਅਰ ਟੂ ਯੂ ਵਨ ਇਵੈਂਟ ਇਜ਼ 기ਵਨ ਟੂ ਅਸ ਐਂਡ ਸੈਕੰਡ ਇਵੈਂਟ ਵੀ ਹੈਵ ਟੂ ਫਾਈਂਡ ਦਾ ਪ੍ਰੋਬੈਬਿਲਿਟੀ ਆਫਟਰਵਰਡਸ ਫਿਰ ਆਪਾਂ ਪੜਿਆ ਮਲਟੀਪਲੀਕੇਸ਼ਨ ਥਿਊਰਮ ਮਲਟੀਪਲੀਕੇਸ਼ਨ ਥਿਊਰਮ ਦੇ ਵਿੱਚ ਆਪਾਂ ਨੂੰ ਕੀ ਮਿਲਿਆ ਸੀ ਮਲਟੀਪਲੀਕੇਸ਼ਨ ਥਿਊਰਮਸ ਆਪਾਂ ਨੂੰ a ਰਿਜ਼ਲਟ ਮਿਲੇ ਸੀ ਵੀ ਜਿਹੜੇ ਦੋ ਇਵੈਂਟ ਦਿੱਤੇ ਹੋਏ ਆ ਸਾਈਮਲਟੇਨੀਅਸਲੀ ਦੋਨੋਂ ਇਵੈਂਟਸ ਅਕਰ ਹੋ ਰਏ ਆ ਆਪਾਂ ਉਹਨਾਂ ਦੋਨਾਂ ਦੀ ਹੀ ਪ੍ਰੋਬੈਬਿਲਿਟੀ ਫਾਈਂ ਤਾਂ ਹੁਣ ਆਉਂਦੀ ਹੈ ਗੱਲ ਬੇਸ ਥਿਊਰਮ ਦੀ ਦੇਖੋ ਸਟੂਡੈਂਟਸ ਜੇ ਤੁਸੀਂ ਬੇਸ ਥਿਊਰਮ ਦਾ ਫਾਰਮੂਲਾ ਦੇਖੋ ਐਟ ਦਾ ਐਂਡ ਆਫ ਦਿਸ ਪੇਜ ਲੈਟ ਮੀ ਇੰਡੀਕੇਟ ਦਿਸ ਐਟ ਦਾ ਐਂਡ ਆਫ ਦਿਸ ਪੇਜ ਇਫ ਯੂ ਆਰ ਏਬਲ ਟੂ ਸੀ ਦਾ ਫਾਰਮੂਲਾ ਥਿਸ ਫਾਰਮੂਲਾ ਆਈ ਐਮ ਟਾਕਿੰਗ ਅਬਾਊਟ ਇਹ ਫਾਰਮੂਲਾ ਤੁਸੀਂ ਦੇਖੋਗੇ ਤਾਂ ਇਹ ਬੇਸ ਥਿਊਰਮ ਦਾ ਫਾਰਮੂਲਾ ਵਾ ਹੁਣ ਬੇਸ ਥਿਊਰਮ ਕਿੱਦਾਂ ਦੇ ਕੁਐਸਚਨਸ ਦੇ ਉੱਪਰ ਅਪਲਾਈ ਹੁੰਦੀ ਹੈ ਕੁਐਸਚਨ 에 ਆਰਾਈਜ਼ ਹੁੰਦਾ ਆਪਣੇ ਮਾਈਂਡ 'ਚ ਵੀ ਜਿਹੜੀ ਬੇਸ ਥਿਊਰਮ ਆ ਉਹ ਕਿੱਦਾਂ ਦੇ ਕੁਐਸਚਨਸ ਆ ਰਾਈਜ਼ ਹੁੰਦੀ ਹੈ ਤੇ ਜੀ ਫਾਰਮੂਲਾ ਡਾਇਰੈਕਟ ਕਰਾਂਗੇ ਬਿਲਕੁਲ ਪੱਲੇ ਨਹੀਂ ਪੈਣਾ ਆਪਾਂ ਪਲੱਸ 1 ਕਲਾਸ ਵਾਲੇ ਜੋ ਫਾਰਮੂਲਾ ਆਪਾਂ ਯੂਜ਼ ਕਰਦੇ ਸੀ ਉਸੇ ਫਾਰਮੂਲੇ ਦੀ ਹੈਲਪ ਨਾਲ ਇਹ ਫਾਰਮੂਲਾ ਬਣਾਵਾਂਗੇ ਤੇ ਇਹ ਫਾਰਮੂਲਾ ਬਣੇਗਾ ਕਿ ਮੈਂ ਉਹਦੇ ਲਈ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਕਰਾਉਂਗਾ ਐਗਜ਼ਾਮਪਲ ਦੇ ਥਰੂ ਤੁਹਾਨੂੰ ਕੁਐਸਚਨ ਬੇਸ ਥਿਊਰਮ ਦਾ ਜਿੱਥੋਂ ਮਰਜ਼ੀ ਆ ਜਾਵੇ ਵਟ ਏਵਰ ਕੁਐਸਚਨ ਇਜ਼ ਏਅਰ ਫਰਮ ਵੇਅਰ ਏਵਰ ਕੁਐਸਚਨ ਇਜ਼ ਏਅਰ ਚਾਹੀ ਉਹ ਕਿਸੇ ਵੀ ਬੁੱਕ ਦਾ ਕੁਐਸਚਨ ਹੋਵੇ ਵਟ ਏਵਰ ਕੁਐਸਚਨ ਇਜ਼ ਏਅਰ ਇਫ ਯੂ ਲਿਸਨ ਮਾਈ ਵੀਡੀਓ ਕੇਅਰਫੁਲੀ ਦੈਨ ਯੂ ਆਰ ਏਬਲ ਟ i hope so this is clear to you all so now let us start a topic what we are studied in our plus 1 class plus 1 class ਦੇ ਵਿੱਚ ਅਸੀਂ ਕੀ ਸਟੱਡੀ ਕੀਤਾ ਸੀ ਪ੍ਰੋਬੈਬਿਲਟੀ ਆਫ ਐਨ ਇਵੈਂਟ ਕਿਸੇ ਇਵੈਂਟ ਦੀ ਪ੍ਰੋਬੈਬਿਲਟੀ ਹੁੰਦੀ ਕੀ ਸੀ ਫੇਵਰੇਬਲ ਆਊਟਕਮਸ ਅਪਨ ਟੋਟਲ ਨੰਬਰ ਆਫ ਆਊਟਕਮਸ ਇਹੀ ਪੜਾਇਆ ਨਾ ਆਪਾਂ ਇਹੀ ਫਾਰਮੂਲਾ ਆਪਾਂ ਬੇਸ ਥੀਰਮ ਦੇ ਉੱਪਰ ਅਪਲਾਈ ਕਰਾਂਗੇ ਹੁਣ ਇਹ ਫਾਰਮੂਲਾ ਬੇਸ ਥੀਰਮ ਦੇ ਉੱਪਰ ਕਿੱਦਾਂ ਐਪਲੀਕੇਬਲ ਆ ਤੁਸੀਂ ਹੀ ਦੱਸਤੀ ਜਾਓਗੇ ਮੈਨੂੰ ਨਾਲ ਦੀ ਨਾਲ ਨਾਓ ਸੀ ਹੇਰ ਟਰੀ ਡਾਇਗਰਾਮ ਜੋ ਕਿ ਤੁਸੀਂ ਦੇਖਦੇ ਹੋਵੋਗੇ ਪਲੱਸ 1 ਕਲਾਸ ਆਈ ਆਲਰੇਡੀ ਟੀਚ ਮੈਥਸ ਇਨ ਪਲੱਸ 1 ਐਸ ਵੈਲ ਐਸ ਪਲੱਸ 2 ਤੋਂ ਪਲੱਸ 1 ਕਲਾਸ ਦੇ ਵਿੱਚ ਜੋ ਤੁਸੀਂ ਮੈਥ ਦੀਆਂ ਮੇਰੀ ਮਤਲਬ ਲੈਕਚਰਸ ਜਿਨ੍ਹਾਂ ਨੇ ਸੁਨੇ ਆ ਜਾਂ ਜੋ ਵੀ ਹੈ ਵਟ ਏਵਰ ਦੇ ਨੋ ਵੈਰੀ ਵੈਲ ਵੀ ਟੀ ਟਰੀ ਡਾਇਗਰਾਮਸ ਨੂੰ ਮੈਂ ਬਹੁਤ ਜਿਆਦਾ ਫੋਲੋ ਕਰਦਾ ਵਾਂ ਸਪੈਸ਼ਲੀ ਇਨ ਦਾ ਪ੍ਰੋਬੈਬਿਲਟੀ ਟਰੀ ਟਰੀ ਡਾਇਗਰਾਮ ਦੀ ਹੈਲਪ ਨਾਲ ਆਪਾਂ ਕੁਐਸਚਨਸ ਕਰਾਂਗੇ ਬੇਸਡ ਔਨ ਬੇਸ ਥੀਓਰਮ ਦੇਖੋ ਹੁਣ ਇਹਦੇ ਲਈ ਐਗਜ਼ਾਮਪਲ ਕੀ ਹੈ ਮੈਂ ਸਟੇਟਮੈਂਟ ਥੋੜੀ ਜਿਹੀ ਬ੍ਰੇਕ ਕਰ ਕਰਕੇ ਲਿਖੀ ਹੋਈ ਹੈ ਉਹ ਕੀ ਕਹਿ ਰਿਹਾ ਹੈ ਕਹ we are having two bags bag one is having 304 black balls ya yeah, blue kelo whatever you like bag two is having 506 black balls one ball is drawn at random dekho one ne ki kiya question kehna ek ball apan randomly draw karni hai ta jadon oh ball randomly draw karni hai ta apne mind ch pehla ki cheez aayi hai vi draw karni kithon ohne ta randomly kehta na randomly eh da matlab hai ni vi main dono bags diyan balls nu mix kar lunga ਜਦੋਂ ਇਦਾਂ ਦੀ ਚੀਜ਼ ਆਂਦੀ ਹੈ ਉੱਥੋਂ ਮੇਰਾ ਦਿਮਾਗ ਸਟ੍ਰਾਈਕ ਹੁੰਦਾ ਵਾ ਵੀ ਦਿਸ ਕੁਐਸਚਨ ਇਜ਼ ਬੇਸਡ ਔਨ ਲिटल ਵਿਟ ਬਾਇਸਿਅਰਮ ਬਟ ਆਪਾਂ ਲਗਾ ਨਹੀਂ ਨਹੀਂ ਬਾਇਸਿਅਰਮ ਆਪਾਂ ਸਿੱਧਾ ਕੁਐਸਚਨ ਕਰਾਂਗੇ ਡਾਇਰੈਕਟ ਫਾਰਮੂਲੇ ਨਾਲ ਦੇਖੋ ਜਦੋਂ ਵੀ ਇਦਾਂ ਦੀ ਗੱਲ ਹੁੰਦੀ ਹੈ ਵਨ ਬਾਲ ਇਜ਼ ਡ੍ਰੌਨਟ ਰੈਂਡਮ ਬਾਲ ਡ੍ਰੌਨ ਕਿੱਥੋਂ ਕਰਨੀ ਹੈ ਇਹ ਜੀਜ਼ ਆਪਣੇ ਮਾਈਂਡ ਦੇ ਵਿੱਚ ਆਂਦੀ ਹੈ ਤਾਂ ਜਿਹੜੀ ਉਹ ਕੁਐਸਚਨ ਹੈ ਵੀ ਬਾਲ ਆਪਾਂ ਡ੍ਰੌਨ ਕਿੱਥੋਂ ਕਰਨੀ ਹੈ ਬੈਗ 1 ਚੋਂ ਜਾਂ ਬੈਗ 2 ਤੋਂ ਸਭ ਤੋਂ ਪਹਿਲਾਂ ਆਪਾਂ ਇੱਕ ਬੈਗ ਸਿਲੈਕਟ ਕਰਾਂਗੇ ਦੋ ਬੈਗ ਦੇ ਵਿੱਚੋਂ ਇੱਕ ਬੈਗ ਸਿਲੈਕਟ ਕਰਨ ਦੀ ਪ੍ਰੋਬੈ 1/2 ਤੇ ਉਸ ਤੋਂ ਬਾਅਦ ਉਹਨੇ ਇਹ ਵੀ ਕਿਹਾ ਹੋਇਆ ਵਾ ਕਹਿੰਦਾ ਇਟ ਇਸ 기ਵਨ ਦੈਟ ਡ੍ਰੌਨ ਬਾਲ ਇਜ਼ ਰੈਡ ਉਹਨੇ ਇਹ ਚੀਜ਼ ਆਪਾਂ ਨੂੰ ਦੇਤੀ ਆ ਵੀ ਜਿਹੜੀ ਬਾਲ ਤੁਸੀਂ ਡ੍ਰੌਨ ਕਰ ਰਹੇ ਹੋ ਉਹ ਰੈਡ ਆ ਬੈਗ ਜਿਹੜਾ ਵੀ ਮਰਜ਼ੀ ਸਿਲੈਕਟ ਹੋਇਆ ਹੋਵੇ ਚਾਹੇ ਪਹਿਲਾ ਹੋਵੇ ਚਾਹੇ ਦੂਸਰਾ ਪਰ ਜਿਹੜੀ ਡ੍ਰੌਨ ਬਾਲ ਆ ਉਹ ਕਿਹੜੀ ਹੋਣੀ ਚਾਹੀਦੀ ਆ ਰੈਡ ਹੋਣੀ ਚਾਹੀਦੀ ਆ ਫਿਰ ਉਹਨੇ ਕਿਹਾ ਵਾ ਫਾਈਂਡ ਫਾਈਂਡ ਦ ਪ੍ਰੋਬੈਬਿਲਟੀ ਦੈਟ ਇਟ ਵਾਸ ਡ੍ਰੌਨ ਫਰੋਮ ਬੈਗ 2 ਪ੍ਰੋਬੈਬਿਲਿਟੀ a ਫਾਈਂਡ ਕਰਨੀ ਹੈ ਵੀ ਉਹ ਬੈਗ 2 ਦੇ ਵਿੱਚੋਂ ਆਈ ਹੈ ਦੇਖੋ e1 ਇਵੈਂਟ ਮੈਂ ਕੀ ਲਿੱਤਾ ਵਾ ਵੀ ਫਸਟ ਬੈਗ ਇਜ਼ ਚੂਜ਼ਨ e2 ਇਵੈਂਟ ਆਪਾਂ ਕੀ ਲਵਾਂਗੇ ਸੈਕੰਡ ਬੈਗ ਇਜ਼ ਚੂਜ਼ਨ a ਇਵੈਂਟ ਆਪਣਾ ਕੀ ਲਿੱਤਾ ਹੋਇਆ ਡ੍ਰੌਨ ਬਾਲ ਇਸ ਰੈੱਡ ਵੀ ਚਾਹੀਓ ਫਸਟ ਬੈਗ ਚੋਂ ਚਾਹੀਓ ਸੈਕੰਡ ਚੋਂ ਹੁਣ ਆਪਾਂ ਪ੍ਰੋਬੈਬਿਲਿਟੀ ਕੀ ਫਾਈਂਡ ਕਰਨੀ ਆ ਵੀ ਬਾਲ ਹੋਵੇ ਬੈਗ 2 ਚੋਂ ਪਰ ਹੋਵੇ ਕਿਹੜੀ ਰੈੱਡ ਮਤਲਬ ਆਪਾਂ ਕੰਡੀਸ਼ਨਲ ਪ੍ਰੋਬੈਬਿਲਿਟੀ ਦੇ ਪਹੁੰਚ ਗਏ ਆਪਾਂ ਨੂੰ ਚਾਹੀਦਾ ਵਾ e2 ਓਵਰ a ਠੀਕ ਹੈ ਤਾਂ ਹੁਣ ਦੇਖੋ e2 ਓਵਰ a ਦਾ ਮਤਲਬ ਕੀ ਆ ਸਭ ਤੋਂ ਪ सब तो पहली चीज़ अपनी की है भी आपको बैग टू चूज़ करना बैग टू इज़ चूजन ठीक है उस तो बाद अपने को नीचे की दिता हुआ वा एंड रैड बॉल इज़ ड्रॉन इंटरसैक्शन होंगी है ना बैग दो रैड बॉल क्या हो गया नीचे अपने को आएगा प्रॉबिली ऑफ ए ए की है रैड बाल इज़ ड्रॉन रैड बॉल ड्रॉन करने पॉसीबल केसिस किन्ने हो अपने को देखो हो सकता मैं बैग वन चूज कराँ उस रैड बॉल ड्रॉन कर दाँ ਹੋ ਸਕਦਾ ਮੈਂ ਬੈਗ 2 ਚੂਜ਼ ਕਰਕੇ ਉਹਦੇ ਵਿੱਚੋਂ ਰੈੱਡ ਬਾਲ ਡਰਾਅਨ ਕਰਦਾ ਇਹ ਦੋ ਕੇਸਿਸ ਹੋਗੇ ਨਾ ਪੋਸੀਬਲ ਤਾਂ ਇਹਦਾ ਮਤਲਬ ਬੈਗ 2 ਇਜ਼ ਚੂਜ਼ਨ ਪ੍ਰੋਬੈਬਿਲਟੀ ਆਫ E2 ਓਵਰ ਪ੍ਰੋਬੈਬਿਲਟੀ ਆਫ A ਓਵਰ E2 A ਓਵਰ E2 ਮਤਲਬ ਰੈੱਡ ਬਾਲ ਆਪਾਂ ਡਰਾਅਨ ਕਰਨੀ ਹੈ ਪਰ E2 ਹੋ ਚੁੱਕਾ ਵਾ ਵੀ ਸੈਕਿੰਡ ਬੈਗ ਜੋ ਆਪਾਂ ਡਰਾਅਨ ਕਰਨੀ ਹੈ ਤਾਂ ਇਹਦਾ ਫਾਰਮੂਲਾ A ਬਣ ਜਾਊਗਾ نیچے ਦੇਖੋ ਬੈਗ E1 ਇਜ਼ ਚੂਜ਼ਨ ਪਹਿਲਾ ਬੈਗ ਚੂਜ਼ ਕੀਤਾ ਤਾਂ E1 ਹੋ ਗਿਆ ਰੈੱਡ ਬਾਲ ਡਰਾਅਨ ਕੀਤੀ ਹੈ ਪਹਿਲੇ ਬੈਗ ਦੇ ਵਿੱਚੋਂ ਪਹਿਲੇ ਬੈਗ ਚ ਡਰਾਅ ਕਰਨ ਕੀਤੀ ਹੈ ਪਰ ਕਰਨੀ ਕਿਹੜੀ ਹੈ ਰੈੱਡ ਕਰਨੀ ਹੈ ਤਾਂ ਉਹਦੀ ਪ੍ਰੋਬੈਬਿਲਟੀ ਇਹ ਵਾਲੀ ਆਏਗੀ ਆਪਣੇ ਕੋਲ ਸਿਮਿਲਰਲੀ ਮੈਂ ਬੈਗ 2 ਦੇ ਲਈ ਲਿਖਤਾ ਇਹ ਜੋ ਰਿਜ਼ਲਟ ਇਥੇ ਮੈਂ ਲਿਖਿਆ ਵਾ ਦਿਸ ਰਿਜ਼ਲਟ ਇਜ਼ ਨੋਨ ਐਸ ਬਾਇਸ ਥਿਊਰਮ ਇਹ ਰਿਜ਼ਲਟ ਉਹਦਾ ਹੈਗਾ ਵਾ ਬਾਇਸ ਥਿਊਰਮ ਦਾ ਰਿਜ਼ਲਟ ਇਹੀ ਕੁਐਸ਼ਨਸ ਦੇ ਵਿੱਚ ਆਪਾਂ ਫਾਰਮੂਲਾ ਯੂਜ਼ ਕਰਾਂਗੇ ਹੁਣ ਨਾਓ ਆਈ ਹੋਪ ਸੋ ਦਿਸ ਵਿਲ ਬੀ ਕਲੀਅਰ ਟੂ ਯੂ ਆਲ ਵੀ ਆਪਾਂ ਬਾਇਸ ਥਿਊਰਮ ਦੇ ਵਿੱਚ ਕਰਨਾ ਕੀ ਹੈ ਠੀਕ ਹੈ ਜੀ ਇਦਾਂ ਦੇ ਬਹੁਤ ਸਾਰੇ ਕੁਐਸ਼ਨਸ ਕਰਾਂਗੇ ਪੂਰੀ ਦੀ ਪੂਰੀ ਐਕਸਰਸਾਈਜ਼ ਆਪਾਨੂੰ ਕਰਨ ਲਈ ਪਈ ਹੈ ਠੀਕ ਹੈ ਸੋ ਇਹ ਇੱਕ ਜਸਟ ਐਗਜ਼ਾਮਪਲ ਸੀ ਤੁਹਾਨੂੰ ਦੱਸਣ ਦੇ ਲਈ ਵੀ ਪ੍ਰੋਬੈਬਿਲਿਟੀ ਇਸ ਨथिंग डिफरेंट ਕੁਝ ਡਿਫਰੈਂਟ ਨਹੀਂ ਹੈ ਫਾਰਮੂਲੇਟ ਤਾਂ ਕਰਨਾ ਹੀ ਹੁੰਦਾ ਹਰ ਚੀਜ਼ ਨੂੰ ਵੀ ਉਹਦਾ ਫਾਰਮੂਲਾ ਕੀ ਹੈ ਪਰ ਜੇ ਆਪਾਂ ਹਰ ਵਾਰ ਫਾਰਮੂਲੇ ਯਾਦ ਕਰਾਂਗੇ ਤਾਂ ਆਪਾਂ ਨੂੰ ਕਨਫਿਊਜ਼ਨ ਕਦੇ ਵੀ ਹੋ ਸਕਦੀ ਹੈ ਇਸ ਲਈ ਬੈਟਰ ਵੀ ਆਪਾਂ ਜੋ ਬੇਸਿਕਾ ਬੇਸਿਕ ਤੋਂ ਹੀ ਆਪਾਂ ਫਾਰਮੂਲੇ ਤੇ ਪਹੁੰਚਣਾ ਵਾ ਨਾ ਕਿ ਆਪਾਂ ਡਾਇਰੈਕਟ ਫਾਰਮੂਲੇ ਤੋਂ ਬੇਸਿਕ ਤੇ ਕੁਐਸਚਨਸ ਤੇ ਪਹੁੰਚਣਾ ਆਈ ਹੋਪ ਸੋ ਥਿਸ ਇਜ਼ ਕਲੀਅਰ ਟੂ ਯੂ ਆਲ ਵਿਦੀਨ ਦਾ 7 ਮਿੰਟਸ ਥਿਸ ਇੰਟਰੋਡਕਸ਼ਨ ਪਾਰਟ ਇਸ ਕੰਪਲੀਟਡ ਅਕੋਰਡਿੰਗ ਟੂ ਮੀ ਨਾਓ ਨੈਕਸਟ Part ਹਾਂਜੀ ਸਟੂਡੈਂਟਸ ਸੋ ਆਈ ਹੋਪ ਸੋ ਯੂ ਆਰ ਏਬਲ ਟੂ ਸੀ ਦਾ ਸਟੇਟਮੈਂਟ ਇਨ ਦਾ ਰਿਟਨ ਇਨ ਦਾ ਬੁੱਕ ਦਾ ਸਟੇਟਮੈਂਟ ਇਜ਼ ਐਨ ਅਨਕੰਟੇਨ ਫਾਈਵ ਰੈਡ ਐਂਡ ਫਾਈਵ ਬਲੈਕ ਬਾਲਸ ਇੱਕ ਹਨ ਉਹ ਚ ਪੰਜ ਰੈਡ ਬਾਲਸ ਨੇ ਤੇ ਪੰਜ ਹੀ ਬਲੈਕ ਬਾਲਸ ਨੇ ਅ ਬਾਲ ਇਜ਼ ਡ੍ਰੋਨ ਐਟ ਰੈਂਡਮ ਇਟਸ ਕਲਰ ਇਜ਼ ਨੋਟਡ ਇੱਕ ਬਾਲ ਨੂੰ ਆਪਾਂ ਰੈਂਡਮਲੀ ਉਹਦੇ ਵਿੱਚੋਂ ਪਿਕ ਕਰਾਂਗੇ ਦੇਖੋ ਅਨ ਇਕੋ ਯਾ ਇੱਥੇ ਬੈਗ ਦੋ ਸੀ ਜਿਵੇਂ ਉਦਾਂ ਨਹੀਂ ਹੈ ਕੁਸ਼ਣ ਨਹੀਂ ਸਿੰਪਲ ਕੁਸ਼ਣ ਆ ਕਿੰਨੇ ਉਹਦਾ ਕਲਰ ਨੋਟ ਕੀਤਾ ਗਿਆ ਵਾ ਤੇ ਰਿਟਰਨਡ ਟੂ ਦਾ ਅਨ ਮਤਲਬ ਟੋਟਲ ਨੰਬਰ ਆਫ ਬਾਲਸ ਵਿੱਚ ਕੋਈ ਫਰਕ ਨਹੀਂ ਪਿਆ ਮੋਰਓਵਰ ਹੋਰ ਕੀ ਕਰ ਰਿਹਾ ਵਾ ਟੂ ਐਡੀਸ਼ਨਲ ਬਾਲਸ ਆਫ ਦਾ ਕਲਰ ਡ੍ਰੌਨ ਆਰ ਪੁਟ ਇਨ ਦਾ ਅਨ ਮਤਲਬ ਜਿਹੜਾ ਕਲਰ ਆਪਾਂ ਦੇਖਿਆ ਸਪੋਜ਼ ਆਪਾਂ ਜੇ ਰੈਡ ਕਲਰ ਦੇਖਿਆ ਸੀ ਅਨ ਦੇ ਵਿੱਚ ਤਾਂ ਆਪਾਂ ਰੈਡ ਕਲਰ ਦੀਆਂ ਦੋ ਬਾਲਸ ਨੂੰ ਪੁਟ ਕਰ ਦਾਂਗੇ ਜੇ ਆਪਾਂ ਬਲੈਕ ਕਲਰ ਦੇਖਿਆ ਸੀ ਤਾਂ ਆਪਾਂ ਬਲੈਕ ਕਲਰ ਦੀਆਂ ਦੋ ਬਾਲਸ ਨੂੰ ਅਨ ਦੇ ਵਿੱਚ ਹੋਰ ਪਾ ਦਾਂਗੇ ਐਂਡ ਦੈਨ ਅ ਬਾਲ ਇਜ਼ ਡ੍ਰੌਨ ਐਟ ਰੈਂਡਮ ਵਾਟ ਇਜ਼ ਦਾ ਪ੍ਰੋਬੈਬਿਲਟੀ ਦੈਟ ਸੈਕੰਡ ਬਾਲ ਇਜ਼ ਰੈਡ ਪ੍ਰੋਬੈਬਿਲਿਟੀ ਇਹ ਪਤਾ ਕਰਨੀ ਆ ਆਪਾਂ ਵੀ ਜਿਹੜਾ ਆਪਾਂ ਉਹ ਹਨ ਦੇ ਵਿੱਚ ਬਾਲਸ ਐਡ ਕਰਨ ਤੋਂ ਬਾਅਦ ਜਿਹੜੀ ਬਾਲ ਕੱਢ ਰਹੇ ਆ ਉਹ ਬਾਲ ਕੀ ਹੋਊਗੀ ਆਪਣੀ ਰੈੱਡ ਹੋਣੀ ਚਾਹੀਦੀ ਆ ਆਪਾਂ ਕੀ ਕੀਤਾ ਇਹਦੇ ਵਿੱਚ ਕੀ ਕੀਤਾ ਵਾ ਜਿਹੜੀ ਦੋ ਬਾਲਸ ਨੇ ਆਪਾਂ ਮੋਰ ਹੋਰ ਐਡ ਕੀਤੀਆਂ ਹੋਈਆਂ ਨੇ ਸੋ ਆਪਾਂ ਸਭ ਤੋਂ ਪਹਿਲਾਂ ਚੱਲਦੇ ਆਂ ਕੁਐਸਚਨ ਦੇ ਪ੍ਰੂਫ ਦੇ ਉੱਪਰ ਵੀ ਕੁਐਸਚਨ ਨੂੰ ਆਪਾਂ ਸੋਲਵ ਕਿਵੇਂ ਕਰਨਾ ਆਈ ਹੋਪ ਸੋ ਸਟੇਟਮੈਂਟ ਇਜ਼ ਕਲੀਅਰ ਟੂ ਯੂ ਜੋ 기ਵਨ ਆ ਉਹਦੇ ਅਕੋਰਡਿੰਗ ਚੱਲਦੇ ਆਂ ਹੱਬ ਤੋਂ ਪਹਿਲਾਂ ਦੇਖੋ ਹਨ ਦੇ ਵਿੱਚ ਕੀ ਆ 5 ਰੈੱਡ ਨੇ ਐਂਡ 5 ਹੀ ਕੀਨੇ ਬਲੈਕ ਬਾਲਸ ਨੇ ਤਾਂ ਪ੍ਰੋਬੈਬਿਲਟੀ ਆਪਾਂ ਫਾਈਂਡ ਕਰਾਂਗੇ ਸਭ ਤੋਂ ਪਹਿਲਾਂ ਡਰਾਇੰਗ ਅ ਰੈਡ ਬਾਲ ਠੀਕ ਹੈ ਜੀ ਰੈਡ ਬਾਲ ਦੀ ਪ੍ਰੋਬੈਬਿਲਟੀ ਜਦੋਂ ਆਪਾਂ ਕੱਢਾਂਗੇ ਤਾਂ ਉਹ ਕਿੰਨੀ ਆਏਗੀ ਇਟ ਵਿਲ ਬੀ 5/10 ਔਰ ਵੀ ਕੈਨ ਸੇ 1/2 ਸਿੰਪਲੀ ਤੇ ਪ੍ਰੋਬੈਬਿਲਟੀ ਆਫ ਬਲੈਕ ਬਾਲ ਉਹ ਕਿੰਨੀ ਆਏਗੀ ਉਹ ਵੀ 5 ਨੇ ਤਾਂ 5/10 1/2 ਆਏਗੀ ਕੈਨਸਲ ਆਊਟ ਕਰਕੇ ਹੁਣ ਤੁਸੀਂ ਦੇਖੋ ਰਾਜੀ ਉਹਨੇ ਕੁਐਸਚਨ 'ਚ ਕੀ ਕਿਹਾ ਉਹ ਕਹਿੰਦਾ ਵੀ ਮੰਨ ਲਓ ਠੀਕ ਹੈ ਵੀ ਜੇ ਤੁਸੀਂ ਇਫ 2 ਬਾਲਸ ਆਰ ਇਫ 2 ਰੈਡ ਬਾਲਸ ਆਰ ਐਡਡ ਟੂ ਦਾ ਅਰਨ ਦੈਨ ਦਾ ਅਰਨ ਕੰਟੇਨ ਹੁਣ ਦੇਖੋ ਇਹ ਤਾਂ ਹੋ ਗਿਆ ਰੈੱਡ ਬਾਲ ਦਾ ਕੇਸ ਕਨਸੈਪਟ ਹੋ ਗਿਆ ਰੈੱਡ ਬਾਲ ਦਾ ਹੁਣ ਆਪਾਂ ਕੀ ਕਰਨਾ ਵਾ ਮੈਂ ਇਹ ਕਹਿ ਰਿਹਾ ਮਾਂ ਵੀ ਜੇ ਮੈਂ ਪ੍ਰੋਬੈਬਿਲਟੀ ਰੈੱਡ ਬਾਲ ਦੀ ਕੱਢੀ ਮੰਨ ਲਓ ਜਿਹੜੀ ਮੈਂ ਪਹਿਲਾਂ ਬੋਲ ਕੱਢੀ ਸੀ ਉਹ ਰੈੱਡ ਨਿਕਲ ਜਾਂਦੀ ਹੈ ਅਕੋਰਡਿੰਗ ਟੂ ਕੁਐਸਚਨ ਵੀ ਹੈਵ ਟੂ ਐਡ ਟੂ ਮੋਰ ਰੈੱਡ ਬਾਲਸ ਆਪਾਂ ਨੂੰ ਦੋ ਹੋਰ ਰੈੱਡ ਬਾਲਸ ਐਡ ਕਰਨੀਆਂ ਪੈਣੀਆਂ ਤਾਂ ਨੰਬਰ ਆਫ ਰੈੱਡ ਬਾਲਸ ਕਿੰਨੀਆਂ ਹੋ ਜਾਣਗੀਆਂ इट विल बी सैवन द प्रोबलिटी ऑफ सैकंड ड्रॉन बॉल रैड बॉल की जो आप द्वारा रेड बॉल ड्रॉन कराती प्रॉबिलिटी हो जाती है सैवन बाय टेन आई होप सो दिस इज क्लीयर टू यू वो सैवन बाय टैन हो जानी है बट उसी तरह हाँ जस्ट अ मिनट जस्ट अ मिनट सैवन बाय टेन नहीं टोटल नंबर ऑफ बॉल्स भी इनक्रीज हो रही सो इट विल बी अट्वेल्व आफ्टरवर्ड्स उस टाइम जो हूँ मैं गल कराँ प्रोबिलिटी ऑफ बलैक बॉल जो हूँ मैं ब्लैक बॉल देखी है तो आई हैव टू एड ਟੂ ਮੋਰ ਬਲੈਕ ਬਾਲਸ ਮੈਨੂੰ ਦੋ ਬਲੈਕ ਬਾਲਸ ਹੋਰ ਐਡ ਕਰਨੀਆਂ ਪੈਣੀਆਂ ਨੇ ਇਹਦਾ ਮਤਲਬ ਟੋਟਲ ਨੰਬਰ ਆਫ ਬਲੈਕ ਬਾਲਸ ਉਹ ਕਿੰਨੀਆਂ ਹੋ ਜਾਣਗੀਆਂ ਮੇਰੇ ਕੋਲੇ ਉਹ 7 ਹੋ ਜਾਣਗੀਆਂ ਪ੍ਰੋਬੈਬਿਲਟੀ ਆਫ ਰੈੱਡ ਬਾਲ ਡਰਨ ਜਦੋਂ ਆਪਾਂ ਰੈੱਡ ਬਾਲ ਡਰਨ ਕਰਨ ਦੀ ਪ੍ਰੋਬੈਬਿਲਟੀ ਕੱਢਾਂਗੇ ਹੁਣ ਦੁਬਾਰਾ ਰੈੱਡ ਬਾਲਸ ਆ 5 ਹੀ ਨੇ ਬਟ ਟੋਟਲ ਨੰਬਰ ਆਫ ਬਾਲਸ ਕਿੰਨੀਆਂ ਹੋ ਗਈਆਂ ਨੇ ਹੁਣ ਆਪਣੇ ਕੋਲ 12 ਹੋ ਗਈਆਂ ਨੇ ਥੇਰਫੋਰ ਪ੍ਰੋਬੈਬਿਲਟੀ ਆਫ ਡਰਾਇੰਗ ਸੈਕਿੰਡ ਬਾਲ ਐਜ਼ ਰੈੱਡ ਹੁਣ ਆਪਾਂ ਪ੍ਰੋਬੈਬਿਲਟੀ ਕੀ ਦੀ ਫਾਈਂਡ ਕਰਨੀ ਹੈ ਡਰਾਇੰਗ ਸੈਕਿੰਡ ਬਾਲ ਐਜ਼ ਰੈੱਡ ਸੈਕਿੰਡ ਬਾਲ ਆ ਬਟ ਉਹ ਰੈੱਡ ਹੁਣ ਆਪਾਂ ਨੂੰ ਨਹੀਂ ਪਤਾ ਵੀ ਜਿਹੜੀਆਂ ਆਪਾਂ ਦੋ ਬਾਲਸ ਐਡ ਕੀਤੀਆਂ ਨੇ ਉਹ ਬਲੈਕ ਸੀਗੀਆਂ ਜਾਂ ਰੈੱਡ ਸੀ ਤਾਂ ਆਪਾਂ ਟੋਟਲ ਕੇਸਿਸ ਹੀ ਲੈ ਕੇ ਚੱਲਾਂਗੇ ਇਹਦੇ ਵਿੱਚ ਤਾਂ ਪਹਿਲਾਂ ਤਾਂ ਪ੍ਰੋਬੈਬਿਲਿਟੀ ਰੈੱਡ ਬਾਲ ਫਾਈਂਡ ਕਰਨ ਦੀ ਕਿੰਨੀ ਸੀ ਆਪਣੇ ਕੋਲ 1/2 ਫਿਰ ਜੇ ਇਹਦਾ ਮਤਲਬ ਉਹ ਬਾਲ ਬਾਕੀ ਰੈੱਡ ਆਪਾਂ ਦੇਖੀਏ ਤੇ ਦੋ ਰੈੱਡੀ ਐਡ ਕਰਦੇ ਆ ਫਿਰ ਉਹਦੀ ਪ੍ਰੋਬੈਬਿਲਿਟੀ ਕਿੰਨੀ ਹੋ ਜਾਂਦੀ ਹੈ 7/12 ਪਲੱਸ ਅਗਲੀ ਵਾਰ ਮੈਂ ਪ੍ਰੋਬੈਬਿਲਿਟੀ ਲਿਖ ਰਿਹਾ ਹਾਂ ਬਲੈਕ ਬਾਲ ਦੀ 1/2 मल्टीप्लाई एन मैं करूँगा कि दो ब्लैक बॉल्स एड हो गई मतलब तो टोटल नंबर ऑफ बॉल्स फर्क पै गया बट ड्रॉन करने की प्रॉबीबिलिटी कि आएगी फाइव बाय ट्वैल्व ठीक है जी तो ये कैलकुलेशन के आप देख देखिए देख सकते हो आप वन बाय टू जो हाफ है अपना वो कॉमन क्ड लेते हैं इट विल बी सैवन बाय ट्वैल्व प्लस फाइव बाय ट्वैल्व इट विल बी ट्वैल्व बाय ट्वैल्व वन हो जाएगा तो आंसर आएगा अपने को वन बाय टू सो दिस विल बी द आंसर ऑफ योर क्वेश्चन नंबर वन let us see the statement of question number 2 i hope so you are able to see the statement of question number 2 in your book ਤੁਸੀਂ ਆਪਣੇ ਕੁਐਸਚਨ ਨੰਬਰ 2 ਦੀ ਸਟੇਟਮੈਂਟ ਆਪਣੇ ਬੁੱਕ 'ਚ ਦੇਖ ਸਕਦੇ ਹੋ ਸਟੇਟਮੈਂਟ ਦੇ ਵਿੱਚ ਜਿਹੜਾ ਜੀ ਲਿਖਿਆ ਕੀ ਹੋਇਆ ਵਾ ਉਹ ਧਿਆਨ ਨਾਲ ਦੇਖੋ ਸਟੇਟਮੈਂਟ ਉਹ ਬਿਲਕੁਲ ਸੇਮ ਆ ਜੋ ਸਟੇਟਮੈਂਟ ਮੈਂ ਤੁਹਾਨੂੰ ਇੱਥੇ ਸਟੱਡੀ ਕਰਵਾਈ ਸੀ this one this example ये एग्जाम्पल जो मैं सॉल्व करवाई थी जो स्टेटमेंट नंबर टू हुआ बिल्कुल यद मैच कर दंड्रड परसेंट बस फर्क सिर्फ इन्ना का बिल्कुल माइनर फर्क ये है जिथे तुम इत ई वन लिखिया वा उथे की आना सॉरी ई टू लिखिया व उ वन आना मतलब उन्हें यह कहता भी जिम्मेदी आप मतलब बैग चूज करना बॉल ड्रॉन की है रैड बॉल वैग वन के ड्रॉन की सिर्फ इन्ना ही फर्क है बाकी सारा का सारा क्वेश्चन डेटो सेम है दिस क्वेश्चन इज योअर होमवर्क क्वेश्चन क्वेश्चन नंबर टू इज़ यूर होमवर्क क्वेश्चन लैटअस मूव ऑन द क्वेश्चन नंबर थ्री so see the statement of third question of the students in a college it is known that 60% reside residue in hostel <laughs> theek ho hai 60% hostel ch reh rahe hain 40% apne gharon aunde jitho bhi aunde hain matlab hostel ch nahi rehnde kehnda matlab previous year results report that 30% of all students who reside in hostel attain a grade jinne bacche bhi hostel ch rehnde si unna de vichon a grade kinne baccha da aaya hua 30% da ਐਂਡ 20% ਆਫ ਡੇ ਸਕਾਲਰਸ ਅਟੇਨ ਏ ਗ੍ਰੇਡ ਇਨ देयर ਐਨੂਅਲ ਐਗਜ਼ਾਮੀਨੇਸ਼ਨਸ ਤੇ 20% ਜਿਹੜੇ ਡੇ ਸਕਾਲਰਸ ਸੀ ਉਹ ਕੀ ਕਰਦੇ ਪਏ ਆ ਉਹਨਾਂ ਦਾ ਏ ਗ੍ਰੇਡ ਆਇਆ ਪਿਆ ਮਤਲਬ ਆਪਣੇ ਕੋਲ ਸਭ ਤੋਂ ਪਹਿਲਾਂ ਤਾਂ ਨੰਬਰ ਆਫ ਸਟੂਡੈਂਟਸ ਇਨ ਹੌਸਟਲ ਦੇਖਾਂਗੇ ਆਪਾਂ ਨੰਬਰ ਆਫ ਸਟੂਡੈਂਟਸ ਇਨ ਡੇ ਸਕਾਲਰ ਦੇਖਾਂਗੇ ਦੂਜੀ ਚੀਜ਼ ਆਪਾਂ ਇਹ ਕੀ ਦੇਖਣੀ ਆ ਵੀ ਸਟੂਡੈਂਟਸ ਹੂ ਸਕੋਰਡ ਗ੍ਰੇਡ ਏ ਉਹ ਕਿਹੜੇ ਆ ਹੌਸਟਲ ਦੇ ਵਿੱਚੋਂ ਕਿੰਨੇ ਪਰਸੈਂਟ ਆ ਤੇ ਡੇ ਸਕਾਲਰ ਦੇ ਵਿੱਚੋਂ ਕਿੰਨੇ ਪਰਸੈਂਟ ਆ ਜਿਨ੍ਹਾਂ ਦਾ ਏ ਗ੍ਰੇਡ ਆਇਆ ਵਾ ਇਨ ਦੇ ਐਟ ਦਾ ਐਂਡ ਆਫ ਦਾ ਈਅਰ ਸਾਲ ਦੇ ਐਂਡ ਦੇ ਉੱਪਰ ਸਟੂਡੈਂਟ ਆਫ ਦਾ ਈਅਰ ਕੱਢਣਾ ਹੋਣਾ ਇਹਨਾਂ ਨੇ ਵਨ ਸਟੂਡੈਂਟ ਇਸ ਚੂਜ਼ਨ ਐਟ ਰੈਂਡਮ ਫਰਮ ਦਾ ਕਾਲਜ ਇੱਕ ਸਟੂਡੈਂਟ ਚੂਜ਼ ਕੀਤਾ ਗਿਆ ਹੀ ਹੈਜ਼ ਐਨ ਏ ਗ੍ਰੇਡ ਗਿਵਨ ਆ ਉਹਦਾ ਗ੍ਰੇਡ ਏ ਆ ਠੀਕ ਹੈ ਜੀ ਵਾਟ ਇਜ਼ ਦਾ ਪ੍ਰੋਬੈਬਿਲਟੀ ਸਟੂਡੈਂਟ ਇਜ਼ ਅ ਹੌਸਟਲਰ ਉਹ ਸਟੂਡੈਂਟ ਹੋਣਾ ਕੀ ਚਾਹੀਦਾ ਵਾ ਹੌਸਟਲਰ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਦੇਖੋ ਰਾਜੀ ਆਪਾਂ ਕਰਾਂਗੇ ਕਿ ਸਟੂਡੈਂਟ ਹੌਸਟਲਰ ਆ ਉਹਦੀ ਪ੍ਰੋਬੈਬਿਲਟੀ ਕੱਢਾਂਗੇ ਸਟੂਡੈਂਟ ਡੀ ਸਕਾਲਰ ਆ ਉਹਦੀ ਪ੍ਰੋਬੈਬਿਲਟੀ ਕੱਢਾਂਗੇ ਫਿਰ ਆਪਾਂ ਇਹ ਪ੍ਰੋਬੈਬਿਲਟੀ ਲਿਖਾਂਗੇ ਬੀ ਸਟੂਡੈਂਟ ਦਾ ਏ ਗ੍ਰੇਡ ਆਇਆ ਹੋਇਆ ਵਾ ਬਟ ਉਹ ਹੌਸਟਲਰ ਆ ਮਤਲਬ ਪ੍ਰੋਬੈਬਿਲਟੀ ਹੌਸਟਲਰ ਹੋਣ ਦੀ ਵਿਦ ਏ ਗ੍ਰੇਡ ਉਹ ਕਿੰਨੀ ਆਏਗੀ ਸਭ ਤੋਂ ਪਹਿਲਾਂ ਆਪਾਂ ਉਹ ਲਿਖਾਂਗੇ ਤਾਂ ਅਕੋਰਡਿੰਗ ਟੂ ਮੀ ਕੋਣ ਉਸੇ ਕਿੱਦਾਂ ਲਿਖੂਗੇ ਇਹਨੂੰ ਕੰਡੀਸ਼ਨਲ ਪ੍ਰੋਬੈਬਿਲਟੀ ਦੇ ਅਕੋਰਡਿੰਗ ਲਿਖੂਗੇ ਮਤਲਬ ਦੇਖੋ ਸਟੂਡੈਂਟ ਇਜ਼ ਗੈਟਿੰਗ ਏ ਗ੍ਰੇਡ ਇਜ਼ ਅ ਹੌਸਟਲਰ ਤੇ ਉਹ ਹੈ ਕਿ ਇਹ ਹੌਸਟਲਰ ਏ ਗ੍ਰੇਡ ਵਾਲਾ ਬੱਚਾ ਵਾ ਪਰ ਉਹ ਹੌਸਟਲਰ ਆ ਠੀਕ ਹੈ ਜੀ ਇਹ ਚੀਜ਼ ਆਪਾਂ ਨੂੰ ਕੀ ਆ ਏ ਗ੍ਰੇਡ ਦਾ ਬੱਚਾ ਫਾਈਂਡ ਕਰਨਾ ਵਾ ਪਰ ਉਹ ਹੋਵੇ ਹੌਸਟਲਰ ਤਾਂ ਉਹਦੀ ਪ੍ਰੋਬੈਬਿਲ 30% தி ப்ராபிலிட்டி ਆਪਾਂ ਨੂੰ ਹਾਸਟਲਰ ਹੋਵੇ ਬਟ ਸੌਰੀ ਏ ਗ੍ਰੇਡ ਦਾ ਬੱਚਾ ਹੋਵੇ ਬਟ ਹੋਵੇ ਕਿੱਥੋਂ ਡੀ ਸਕਾਲਰ ਦੇ ਵਿੱਚੋਂ ਉਹ ਪ੍ਰੋਬਬਿਲਿਟੀ ਵੀ 기ਵਨ ਆਪਾਂ ਨੂੰ ਆਪਾਂ ਫਾਈਂਡ ਕੀ ਕਰਨਾ ਵਾ ਆਪਾਂ ਫਾਈਂਡ ਇਹ ਕਰਨਾ ਵਾ ਵੀ ਪ੍ਰੋਬਬਿਲਿਟੀ ਫਾਈਂਡ ਕਰਨੀ ਹੈ ਸਟੂਡੈਂਟ ਚੂਜ਼ ਕੀਤਾ ਗਿਆ ਬਾ ਹਾਸਟਲਰ ਦਾ ਇਹ ਪ੍ਰੋਬਬਿਲਿਟੀ ਫਾਈਂਡ ਕਰਨੀ ਹੈ ਥੈਟ ਸਟੂਡੈਂਟ ਇਸ ਚੂਜ਼ਨ ਫਰੋਮ ਹਾਸਟਲਰ 기ਵਨ ਥੈਟ ਹੀ ਹੈਜ਼ ਏ ਗ੍ਰੇਡ ਉਹਦਾ ਗ੍ਰੇਡ ਕੀ ਹੈ ਏ ਆ ਤਾਂ ਇੱਥੋਂ ਆਪਾਂ ਨੂੰ ਇਹ ਪਤਾ ਚੱਲ ਗਿਆ ਵੀ ਇਹ ਜਿਹੜਾ ਕੁਐਸਚਨ ਹੈ ਕੁਐਸਚਨ ਕੀ ਦੇ ਉੱਪਰ ਬੀਸਡ ਹੈ ਬਾਈਸ ਥੀਰਮ ਦੇ ਉੱਪਰ ਬੀਸਡ ਹੈ ਲੈ सल्यूशन हाँ जी स्टूडेंट सो थर्ड क्वेश्चन देख सकते हो सब तो पहला तो आप की लिखा लैट वन एंड ई टू बी द इवेंट्स वन ई टू दो ईवेंट्स ने दैट स्टूडेंट इज चूजन इज अ हॉस्टल लिख लो ਔਰ ਅ ਡੀ ਸਕਾਲਰ ਜਾਂ ਤਾਂ ਉਹ ਹਾਸਟੇਲਰ ਆ ਜਾਂ ਫਿਰ ਉਹ ਕੀ ਆ ਡੀ ਸਕਾਲਰ ਆ ਇਹ ਆਪਾਂ ਚੂਜ਼ ਕਰਨਾ ਤਾਂ ਪ੍ਰੋਬੈਬਿਲਿਟੀ E1 ਦੀ ਆਪਾਂ ਨੂੰ ਜੋ ਬੁੱਕ ਦੇ ਵਿੱਚ 기ਵਨ ਹੈ ਉਹ ਹੈਗੀ 60% ਮਤਲਬ ਉਹਨੂੰ ਆਪਾਂ ਲਿਖਾਂਗੇ 60/100 ਤੇ ਪ੍ਰੋਬੈਬਿਲਿਟੀ E2 ਦੀ ਕਿੰਨੀ ਆਏਗੀ ਆਪਣੇ ਕੋਲ ਉਹ ਆਏਗੀ ਆਪਣੇ ਕੋਲੇ 40% 40% ਮਤਲਬ 40/100 ਹੁਣ ਆਪਾਂ ਪ੍ਰੋਬੈਬਿਲਿਟੀ ਫਾਈਂਡ ਕਰਨੀ ਹੈ ਵੀ ਉਹ ਸਟੂਡੈਂਟ A ਗ੍ਰੇਡ ਹੈ ਬਟ ਉਹ ਹੈ ਕੀ ਹੈ ਹਾਸਟੇਲਰ A ਗ੍ਰੇਡ ਸਟੂਡੈਂਟ ਹੈ ਬਟ ਉਹ ਹਾਸਟੇਲਰ ਹੈ वो प्रॉबिली गिवन है वो गिवन आप थर्टी परसेंट मतलब थर्टी बाय हंड्रेड उस प्रोबिलिटी आप बाई टू की फाइनड करा मतलब कि ए ग्रेड है आप स्टूडेंट का ए ग्रेड होट हो डे स्कॉलर चो तो प्रॉबिलिटी ट्वेंटी प्रसेंट है इट मीनस इट विल बी ए ट्वेंटी बाय हंड्रड हूँ जो आप फाइंड करना प्रोबिलिटी दैट रैंडम चूजन स्टूडेंट इज़ अ होसलर फाइ उन्हें अपन क्वेश्चन किया फाइंड द प्रोबिली दैट रैंडम चूजन स्टूडेंट रैंडम चूजन स्टूडेंट इज होस्टलर वो होस्टलर हो गिवन दैट विद ए ग्रेड विद ए ग्रेड तो देखो आप्पल क्वेश्चन फाइंड करा प्रॉबिलिटी आपको फाइंड करनी है रैंडम चूजन स्टूडेंट इज़ अ होस्टलर होस्टलर का स्टूडेंट है ठीक है बट गिवन की है ग्रेड की है ए है तो देखो ਪਹਿਲੀ ਗੱਲ ਤਾਂ ਆਪਾਂ ਹੌਸਟਲ ਚੂਜ਼ ਕੀਤਾ ਡਿਸਕਾਲਰ ਸਟੂਡੈਂਟ ਨਹੀਂ ਚੂਜ਼ ਕੀਤਾ ਤਾਂ ਪ੍ਰੋਬੈਬਿਲਿਟੀ ਹੌਸਟਲਰ ਦੀ E1 ਆਏਗੀ ਮਲਟੀਪਲਾਈ ਇਹਦੇ ਨਾਲ ਮਲਟੀਪਲਾਈ ਕੀ ਹੋਵੇਗਾ ਵੀ ਹੌਸਟਲਰ ਤਾਂ ਹੈਗਾ ਬਟ ਉਹ ਨਾਲ ਹੈ ਕੀ ਆ A ਗ੍ਰੇਡ ਹੋਣਾ ਚਾਹੀਦਾ A ਗ੍ਰੇਡ ਹੋਣਾ ਚਾਹੀਦਾ ਹੌਸਟਲਰ ਹੌਸਟਲਰ ਆਪਾਂ ਪਹਿਲਾਂ ਲਖ ਲਿਆ ਸੋ ਆਪਾਂ ਇੱਥੇ ਇਦਾਂ ਲਿਖਾਂਗੇ ਆਫਟਰਵਰਡਸ ਹੁਣ نیچے A ਐ A ਦਾ ਮਤਲਬ ਕੀ ਆ A ਨੂੰ ਆਪਾਂ ਕੀ ਇਵੈਂਟ ਡਿਫਾਈਨ ਕੀਤਾ ਸੀ A ਨੂੰ ਆਪਾਂ ਡਿਫਾਈਨ ਕੀਤਾ ਵਾ ਹੈਵ A ਗ੍ਰੇਡ ਹੈਵ A ਗ੍ਰੇਡ ਹੁਣ uh, A ਗ੍ਰੇਡ ਵਾਲੇ ਬੱਚੇ ਤਾਂ ਹੌਸਟਲ ਦੇ ਵਿੱਚ ਵੀ ਨੇ ਤੇ D ਸਕਾਲਰ ਦੇ ਵਿੱਚ ਵੀ ਨੇ ਇਹਦਾ ਮਤਲਬ ਤਾਂ ਮੈਂ ਇੱਥੇ ਲਿਖੂੰਗਾ ਵੀ ਹੋ ਸਕਦਾ ਉਹ ਸਟੂਡੈਂਟ ਹੌਸਟਲਰ ਹੋਵੇ ਜਿਹਦਾ ਕੀ ਆਇਆ ਵਾ A ਗ੍ਰੇਡ ਆਇਆ ਵਾ ਠੀਕ ਹੈ ਜੀ ਅ ਜਸਟ ਅ ਮਿੰਟ ਹਾਂਜੀ ਜਿਹਦਾ ਕੀ ਆ ਆਪਣੇ ਕੋਲ ਕੀ ਆ ਹੌਸਟਲਰ ਹੋਵੇ ਬਟ ਜਿਹਦਾ ਗ੍ਰੇਡ ਕੀ ਆ ਆਪਣੇ ਕੋਲ A ਆਇਆ ਵਾ A by E1 ਪਲੱਸ ਇਹ ਵੀ ਹੋ ਸਕਦਾ ਉਹ ਸਟੂਡੈਂਟ ਕੀ ਹੈ D ਸਕਾਲਰ ਹੋਵੇ ਬਟ ਉਹਦਾ ਗ੍ਰੇਡ ਕੀ ਹੈ A ਆਪਾਂ ਫਾਈਂਡ ਕਰਨਾ ਵੀ A ਗ੍ਰੇਡ ਆਇਆ ਵਾ ਬਟ ਉਹ ਸਟੂਡੈਂਟ ਕੀ ਹੈ D ਸਕਾਲਰ ਹੈ सो so, अपा इतें ए सारिया दारियाँ वैल्यूज इतने राज जी ई टू लिखना ई टू लिख लो वैसे मैथ लिखता हॉस्टलर करके सॉरी ई वन ई वन आप हॉस्टलरली चूज़ किया आई थिंक no? सो येस so. yes. होस्टलरली आप ई वन चूज कर रहे हैं तो ई वन लिखना ई वन लिख सकते हो सो दिस विल बी द फॉर्मुला यू हैव टू पुट ऑल दिस वैल्यू एंड सोलव इट सॉलव करके यू विल गेट योर आंसर ऑफ दिस क्वेश्चन लेट अस मूव ऑन द नेक्स्ट वन सी हेयर द स्टेटमेंट ऑफ द फोर्थ क्वेश्चन इन आंसरिंग अ क्वेश्चन ऑन मल्टीपल चॉइस आप जो मल्टीपल चॉइस क्वेश्चन करते हैं टेस्ट आ स्टूडेंट आईदर नोज द आंसर और गैस स्टूडेंट जाता आंसर जानता होगा या फिर तुका लगाऊगा ठीक है यही चीज़ होंगी सारे भी यही करते होवोंगी लैट थ्री बाय फोर बी द प्रोबिलिटी दैट ही नोज़ द आंसर भी उन्होंने आंसर पता वा वन बाय फोर बी द प्रोबिलिटी दैट ही गैसिज भी उन्हें की लगया तुक्का लगया वा अपन प्रॉबिलिटी आंसर हो पता होने भी पता चलगी गैस लगा पता चलगी अज्यूम दैट द स्टूडेंट गैस इज द आंसर विल बी करैक्ट विद प्रॉबिलिटी इन्ना स्टूडेंट ने आंसर गैस किया तो करैक्ट भी हो गया वो प्रोबिलिटी आपकी हुई है इन ही वट इज़ द प्रोबलिटी दैट स्टूडेंट नोज द आंसर गिवन दैट ही आंसर इट करैक्टली प्रोबिलिटी आप पता करनी है स्टूडेंट नंसर की पता से द आंसर गिवन दैट आंसर इज करैक्टली इट इज गिवन दैट भी आंसर करैक्ट आंसर करैक्ट आ गिवन आठ ठीक है ਤਾਂ ਮਤਲਬ ਸਟੂਡੈਂਟ ਨੂੰ ਉਹ ਚੀਜ਼ ਪਤਾ ਸੀ ਆਲਰੇਡੀ ਉਹਨੂੰ ਪਤਾ ਸੀ ਉਹ ਆਪਾਂ ਫਾਈਂਡ ਆਊਟ ਕਰਨੀ ਹੈ ਸੋ ਦੇਖਦੇ ਹਾਂ ਆਪਾਂ ਰਾਜੀ ਇਹਦੇ ਵਿੱਚ ਕੀ ਬਣੇਗਾ ਆਪਣੇ ਕੁਐਸਚਨਸ ਸੋ ਨਾਓ ਫੋਰਥ ਕੁਐਸਚਨ ਦੀ ਸਟੇਟਮੈਂਟ ਦੇ ਵਿੱਚ ਅਕੋਰਡਿੰਗ ਦੇਖੋ ਦ ਪ੍ਰੋਬੈਬਿਲਟੀ ਥੈਟ ਹੀ ਨੋਜ਼ ਦਾ ਆਨਸਰ ਈਵਨ ਈਵੈਂਟ ਮੈਂ ਲੈ ਰਹੇ ਆ ਵਾਂ ਵੀ ਪ੍ਰੋਬੈਬਿਲਟੀ ਉਹਨੂੰ ਆਨਸਰ ਪਤਾ ਸੀ ਤਾਂ ਉਹ ਮੈਨੂੰ ਦਿੱਤੀ ਹੋਈ ਹੈ 3/4 ਈ ਟੂ ਈਵੈਂਟ ਮੈਂ ਲੈ ਰਹੇ ਆ ਵਾਂ ਵੀ ਉਹਨੇ ਆਨਸਰ ਨੂੰ ਗੈਸ ਮਾਰਿਆ ਗੈਸ ਮਾਰਨ ਦੀ ਪ੍ਰੋਬੈਬਿਲਟੀ ਹੈਗੀ ਹੈ 1/4 फोर द प्रोबलिटी दैट स्टूडेंट आंसर द क्वेश्चन करैक्टली गिवन दैट इट इज नॉन द आंसर इज वन ठीक है जी द प्रोबलिटी दैट स्टूडेंट आंसर द प्रोबलिटी दैट द स्टूडेंट आंसर करैक्टली स्टूडेंट ने आंसर भी करैक्ट किया गिवन दैट इट इज़ नॉ द आंसर तो ये भी पता से भी आंसर उन्होंने पता वा दूँ की लिखा देखो राजे इतनी द प्रोबलिटी मैं लिख के दस दिना द प्रोबलिटी दैट स्टूडेंट Correctly. answer correctly one ne answer correctly kita given that he knows the answer given that he knows the answer onu pata vi si answer ta oh di probability kinni hoegi 1 hoegi vi answer correct vi hai te onu pata vi si ta probability ehda matlab answer correct hai but given ki ye vi onu answer pata si oh 1 ho jayegi usi tarah द प्रोबिलिट ही आंसर्ड करैक्टली बट गैस द आंसर गैस द आंसर वो प्रॉबिलिटी अपने को कि आएगी ए अपॉन ई टू इट विल बी वन बाय फोर वो आपन दिती हुई है प्रॉबिलिटी अपना फाइंड की करनी है प्रोबिलिटी अपना फाइंड करनी है शू स्टूडेंट नोज द आंसर द प्रोबिलिटी दैट स्टूडेंट नोज द आंसर स्टूडेंट नंसर की सी? पता, सी. पता, सी पता है जो आंसर पता से तो पता हो प्रोबिलिटी अपने को ई वन होंगी है ਏ ਇਵੈਂਟ ਕੀ ਹੈ ਆਪਣੇ ਕੋਲੇ ਹੀ ਗੈਸ ਦਾ ਏ ਇਵੈਂਟ ਕੀ ਹੈ ਵੀ ਇਸ ਦਾ ਆਨਸਰ ਵੀ ਕੀ ਹੈ கரੈਕਟ ਹੋ ਗਿਆ ਤਾਂ ਪਹਿਲਾਂ ਇਹਨੂੰ ਲਿਖਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਇਹਦਾ ਮਤਲਬ ਸਟੂਡੈਂਟ ਨੂੰ ਆਨਸਰ ਪਤਾ ਸੀ ਦੂਸਰੀ ਚੀਜ਼ ਆਪਾਂ ਕੀ ਚੂਜ਼ ਕਰ ਰਹੇ ਹਾਂ ਉਹਦਾ ਆਨਸਰ ਕੀ ਹੈ கரੈਕਟ ਜੋ ਆਨਸਰ ਉਹਨੂੰ ਪਤਾ ਸੀ ਉਹ ਆਨਸਰ ਕੀ ਹੈ கரੈਕਟ ਵੀ ਹੈ ਆਪਣੇ ਕੋਲੇ ਤਾਂ ਆਪਾਂ ਇੱਥੇ ਇਹ ਲਿਖਾਂਗੇ ਨੀਚੇ ਆਪਾਂ ਕੀ ਲਿਖਾਂਗੇ ਰਾਜੀ ਪ੍ਰੋਬੈਬਿਲਟੀ ਆਫ E1 ਮਤਲਬ ਆਪਾਂ ਨੂੰ ਪਤਾ ਵਾ ਵੀ ਸਟੂਡੈਂਟ ਨੂੰ ਆਨਸਰ ਪਤਾ ਸੀ ਤੇ ਉਹਦਾ ਆਨਸਰ கரੈਕਟ ਵੀ ਹੋਇਆ ਪੋਸੀਬਲ ਸਾਰੀਆਂ ਆਊਟਕਮਸ ਲਿਖਾਂਗੇ ਪਲੱਸ ਫਿਰ ਆਪਾਂ ਕਹਿ ਰਹੇ ਹਾਂ ਸਟ पर आंसर तभी की है करेक्ट आंसर so, आ सो आप ये सारिया वैल्यूज न फिल करके इतने क्वेश्चन सॉल्व कर लेंगे वैल्यूज मैं नहीं सॉल्व करूंगा क्योंकि बहुत सिंपल कैलकुलेशन है यू हैव टू डू दिस कैलकुलेशन बाय यूर सेल्फ आल्सो वन रीजन इज देयर ड्यू टू अवॉइड द लेंथ ऑफ द वीडियो आई एम नॉट गोइंग टू सॉल्व दिस कैलकुलेशन सो आई होप सो यू आर एबल टू डू दिस कैलकुलेशन इफ एनी प्रॉब्लम इज देयर इन कैलकुलेशन दैन यू कैन क्लिक अ फोटो ऑफ यूर क्वेश्चन एंड सेंड इट टू मी इन कमेंट बॉक्स आल्सो एज वेल एज ऑन मई इंस्टा आई डी वे टू वर्न ओके स्टूडेंट्स लेट एस मूव ऑन द नेक्स्ट नाउ यू कैन सी हेयर द लास्ट क्वेश्चन ऑफ दिस वीडियो दिस वीडियो मीन्स बाकी क्वेश्चन अपना नैक्सट वीडियो करा लास्ट क्वेश्चन देखो इस वीडियो का अ लैबोरेटरी ब्लड टेस्ट इज नाइनटी नाइन परसेंट इफेक्टिव इन डिटेक्टिंग अ सर्टन डिशीज एक लैब आ जिते ब्लड टैस्ट होंगे तो वो नाइन नाइन प्रसेंट सही टैसट करते हैं ठीक है थीके? मतलब वो दसदा है भी नाइनटी नाइन प्रसेंट टैसट होना सही है सौ so, अगर एक बंदा टैसट गलत भी दस देंगे ओके वैन इट इज़ इन फैक्ट प्रेजेंट जो टैसट मतलब जो डिसीज़ हैगी एग्जैक्टली exactly नाइनटी नाइन प्रसेंट बंद सही दस देख हा एवर द टैसट आलसो यूड अ फॉल्स पॉजिटिव रिजल्ट फोर जीरो पॉइंट फाइव ऑफ द टैसटड ਮਤਲਬ ਕਿ ਇਸ ਤੋਂ ਇਲਾਵਾ 0.5% ਜਿਹੜੇ ਹੈਲਦੀ ਪਰਸਨ ਆ ਉਹਨਾਂ ਦਾ ਟੈਸਟ ਵੀ ਕੀ ਕਰਦੇ ਹੋ ਫਾਲਸ ਪੋਜ਼ਿਟਿਵ ਰਿਜ਼ਲਟ ਦੇ ਦਿੰਦੇ ਆ ਮੰਨ ਲਓ ਕਿਸੇ ਬੰਦੇ ਨੂੰ ਬਿਮਾਰੀ ਹੈ ਨਹੀਂ ਪਰ ਉਹਨੂੰ ਕਹਿ ਦਿੰਦੇ ਤੈਨੂੰ ਬਿਮਾਰੀ ਹੈਗੀ ਆ ਉਹ ਇਦਾਂ ਦੇ ਪਰਸਨ ਕਿੰਨੇ ਨੇ 0.5% ਨੇ ਵਿਦ ਅ ਪ੍ਰੋਬੈਬਿਲਿਟੀ 0.005 ਤੇ ਉਹਦਾਂ ਦੇ ਪਰਸਨ ਸੀ ਪ੍ਰੋਬੈਬਿਲਿਟੀ ਕਿੰਨੀ ਹੈ ਆਪਣੇ ਕੋਲ 0.005 ਹੈ ਜਿਨ੍ਹਾਂ ਨੂੰ ਐਕਚੁਅਲ ਚ ਬਿਮਾਰੀ ਹੈ ਨਹੀਂ ਪਰ ਉਹ ਕਹਿ ਦਿੰਦੇ ਵੀ ਤੇਰਾ ਟੈਸਟ ਪੋਜ਼ਿਟਿਵ ਆ ਠੀਕ ਹੈ ਜੀ ਓਕੇ ਦਾ ਟੈਸਟ ਵਿਲ ਇੰਪਲਾਈਸ ओके इफ 0.1% ऑफ द पॉपुलेशन एक्चुअली हैज अ डिजीज 0.1% मतलब 0.001 ਲੋਕਾਂ ਨੂੰ ਐਕਚੁਅਲੀ ਡਿਸੀਜ਼ ਵੀ ਹੈਗੀ ਆ ਉਹਦੀ ਪ੍ਰੋਬੈਬਿਲਟੀ ਆਪਾਂ ਨੂੰ ਇਹ ਦਿੱਤੀ ਹੋਈ ਆ ਵਾਟ ਇਜ਼ ਦਾ ਪ੍ਰੋਬੈਬਿਲਟੀ ਥੈਟ ਅ ਪਰਸਨ ਹੈਜ਼ ਅ ਡਿਸੀਜ਼ ਪ੍ਰੋਬੈਬਿਲਟੀ ਇਹ ਪਤਾ ਕਰਨੀ ਆ ਵੀ ਪਰਸਨ ਨੂੰ ਡਿਸੀਜ਼ ਹੈਗੀ ਆ गिवन दैट ਟੈਸਟ ਰਿਜ਼ਲਟ ਇਜ਼ ਆਲਸੋ ਪੋਜ਼ਿਟਿਵ ਡਿਸੀਜ਼ ਵੀ ਹੈਗੀ ਆ ਰਿਜ਼ਲਟ ਵੀ ਪੋਜ਼ਿਟਿਵ ਆ ਉਸ ਚੀਜ਼ ਦੀ ਆਪਾਂ ਪ੍ਰੋਬੈਬਿਲਟੀ ਫਾਈਂਡ ਕਰਾਂਗੇ ਵੈਰੀ ਈਜ਼ੀ ਕੁਐਸਚਨ ਅਕੋਰਡਿੰਗ ਟੂ ਮੀ ਲੈਟ ਅ ਸੀ ਇਟਸ ਸੋਲੂਸ਼ਨ ਦੇਖੋ ਰਾਜੀ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਦੋ ਈਵੈਂਟ ਕਿਦਾਂ ਦੇ ਲੈਣੇ ਆ ਆਪਾਂ ਦੋ ਈਵੈਂਟ ਇਹ ਲੈਣੇ ਆ E1 ਹੀ ਹੈਜ਼ ਅ ਡਿਸੀਜ਼ E2 ਈਵੈਂਟ ਕੀ ਲਵਾਂਗੇ ਹੈਲਦੀ ਇੱਕ ਈਵੈਂਟ ਆਪਾਂ ਲੈ ਲਿਆ ਵੀ ਉਹਨੂੰ ਡਿਸੀਜ਼ ਹੈਗੀ ਆ ਉਹਨੂੰ ਬਿਮਾਰੀ ਹੈਗੀ ਆ ਤੇ ਦੂਸਰਾ ਈਵੈਂਟ ਆਪਾਂ ਕੀ ਲੈ ਰਹੇ ਆ ਦੂਸਰਾ ਈਵੈਂਟ ਲੈ ਰਹੇ ਆ ਵੀ ਉਹ ਪਰਸਨ ਕੀ ਆ हैल्दी परसन है देखो एक न एक बीमार है एक हैल्दी दोनों ईवेंट्स ध्यान देखो कॉम्पलीमेंटरी ईवेंट नहीं बन गए यहाँ मतलब प्रॉबिलिटी ई वन प्लस प्रोबिलिटी ई टू दिस वन इज अ प्लस साइन एक्चुअली इज इक्वल टू वन तो कॉम्प्लीमेंटरी इवेंट यही ही होंगे दिस इंप्लाइज प्रॉबिलिटी ई टू ठीक है ई टू दी आएगी इज इक्वल टू वन माइनस प्रोबिलिटी ऑफ ई वन तो हूँ प्रोबिलिटी ई वन की अपन गिवन दी है दिस इंप्लाइज प्रोबिलिटी ऑफ ई टू ਇਜ਼ ਇਕੁਅਲ ਟੂ 1 ਮਾਈਨਸ e1 ਦੀ ਪ੍ਰੋਬੈਬਿਲਟੀ ਆਪਾਂ ਦਿੱਤੀ ਹੋਈ ਸੀ 0.1% 0.1% ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਕੀ ਹੈ ਡਿਸੀਜ਼ ਹੈ ਤਾਂ ਉਹ ਆਪਾਂ ਇਸ ਦੀ ਵੈਲਿਊ ਫਿਲ ਕਰਾਂਗੇ ਤਾਂ ਉਹ ਆਏਗਾ 0.001 ਠੀਕ ਹੈ ਜੀ ਤੇ ਇਹਨੂੰ ਮਾਈਨਸ ਕਰਾਂਗੇ ਤਾਂ ਆਨਸਰ ਆਏਗਾ 0.999 ਇਹ ਆ ਗਈ ਆਪਣੇ ਕੋਲ ਪ੍ਰੋਬੈਬਿਲਟੀ ਆਫ e2 ਹੁਣ ਆਪਾਂ ਨੂੰ ਪ੍ਰੋਬੈਬਿਲਟੀ ਆਫ e1 ਜੋ ਦਿੱਤੀ ਹੋਈ ਸੀ ਪ੍ਰੋਬੈਬਿਲਟੀ ਆਫ e1 ਉਹ ਦਿੱਤੀ ਹੋਈ ਸੀ 0.1% ਮਤਲਬ ਉਹ ਆਏਗੀ ਆਪਣੇ ਕੋਲ 0. जीरो जीरो वन प्रोबिलिटी ऑफ ई टू आप एक बार दोबारा लिख लें इट विल भी जीरो पॉइंट नाइन 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 दोन्हीं ईवेंट्स की प्रोबिलिटी मिल चुकी है अपन आपका ए इवेंट की लेना लैट ए बी द इवेंट दैट ब्लड टैसट रिजल्ट इज पॉजिटिव ए बी द इवेंट ब्लड टैसट रिजल्ट पॉजिटिव ब्लड टैसट जो रिजल्ट वो की अपने को पॉजिटिव रिजल्ट है पॉजिटिव रिजल्ट मतलब उन्होंने एक्चुअली की है रिजल्ट अपन पॉजिटिव है ए नहीं पता ਵੀ ਬੰਦੇ ਨੂੰ ਡਿਸੀਜ਼ ਹੈ ਜਾਂ ਨਹੀਂ ਹੈ ए ਇਵੈਂਟ ਹੀ ਕਹਿ ਰਹੇ ਆਪਾਂ ਨੂੰ ਹੁਣ ਆਪਾਂ ਇਹ ਕਹਿ ਰਹੇ ਆ ਵੀ ਉਹ ਪਰਸਨ रिजल्ट पॉजिटिव ਹੈ ਪਰ ਉਹ ਪਰਸਨ ਨੂੰ ਡਿਸੀਜ਼ ਹੈਗੀ ਵੀ ਆ ਤਾਂ ਉਹਦੀ ਪ੍ਰੋਬੈਬਿਲਿਟੀ ਜੋ ਆਪਾਂ ਨੂੰ ਗਿਵਨ ਦਿੱਤੀ ਹੋਈ ਹੈ ਉਹ ਆਪਾਂ ਲਿਖਦੇ ਆ 99% ਲੈਬ ਦੇ 99% ਟੈਸਟ ਸਹੀ ਜਾ ਰਹੇ ਸੀ ਨਾ ਮਤਲਬ 0.99 ਅਜੂ ਅਗਲੀ ਵਾਰ ਮੈਂ ਕਹਿ ਰਿਹਾ ਹਾਂ ਵਾ ਵੀ ਰਿਜ਼ਲਟ ਪੋਜ਼ਿਟਿਵ ਹੈ ਬਟ ਬੰਦੇ ਨੂੰ ਡਿਸੀਜ਼ ਹੈ ਨਹੀਂਗੀ तो वो जेसा वो जिन्नेट किन्ने दिए हुए मैंने जीरो पॉइंट फाइव परसेंट मतलब वो मैंने दूते हुए है जो मैं जीरो पॉइंट फाइव परसेंट कन्वर्ट करा इट विल बी जीरो पॉइंट जीरो जीरो फाइव तो यदा आंसर भी मिल गया हूँ आप फाइंड की करना है आप भी परसन जरा है फाइंड द प्रोबेबिलिटी उन्हें अपन क्वेश्चन जी कहा कि परसन हैज़ अ डिसीज परसन डिसीज हैगी है मतलब ई वन की गल कर रहे हैं एंड रिपोर्ट भी पॉजिटिव रिपोर्ट भी पॉजिटिव आ मतलब ई वन ओवर ए आप फाइंड कर जा रहे हैं तो ई वन ओवर ई फाइंड करने के लिए सीरम का रिजल्ट अपने को आएगा सब तो पहले तो आपने परसन आप ई वन चूज़ किया ठीक है मतलब जिन्होंने एक्चुअल डिज़ हैगी है फिर आप कह रहे हैं भी रिपोर्ट क्योंकि वो रिपोर्ट पॉजिटिव आयो किसन ई वन चुं पिक किया नीचे अपने को टोटल आउटकम्स की आने प्रोबिली ऑफ ई वन प्रोबिलिटी ए बाई ई वन प्लस प्रोबिलिटी ऑफ ई टू प्रोबिलिटी ए बाई ई टू दिस विल बी द रिजल्ट आफ्टर हैविंग दिस क्वेश्चन स्टेटमेंट क्वेश्चन की स्टेटमेंट तो बाद इस तरीके सॉल्व करा सारिया दारिया वैल्यूज उपर रिटन ने तो सारिया वैल्यूज़ को फिल करोगे फिल करके इस क्वेश्चन का आंसर कैलकुलेट करोगे आई एम जस्ट गोइंग टू राइट द आंसर अकॉर्डिंग टू मीट्स आंसर इज ट्वेंटी टू बाई वन थर्टी थ्री दिस विल बी द करेक्ट आंसर फॉर दिस क्वेश्चन नंबर फाइव आई होप सो दिस क्वेश्चन इज क्लियर टू यू सो टूडे वी विल स्टॉप हेयर आर वीडियो इन द नैक्सट लैक्चर आई विल गिव यू द होल एक्सरसाइज वट एवर क्वेश्चन आर पेंडिंग वी विल डू इन द next video maybe we will do another exercise that is a, your last exercise with nine questions only according to the cbse syllabus that we will also do in the next lecture till the time thank you and have a wonderful day be safe be stay at home you